ਸਾਸਟ੍ਰਿਕਾਲ ਦੋਸਤੋ ਬਸ 5 ਮਿੰਟ ਤੁਹਾਡਾ ਬਹੁਤ ਬਹੁਤ ਨਿਗਾ ਸਵਾਗਤ ਹੈ ਪਿਛਲੇ 2 ਦਿਨਾਂ ਤੋਂ ਮੈਂ ਤੁਹਾਡੇ ਨਾਲ 에어 ਇੰਡੀਆ ਦੀ ਗੱਲ ਕੀਤੀ ਟਰੈਵਲ ਦੀ ਗੱਲ ਕੀਤੀ ਇੰਡੀਆ ਤੇ ਕੈਨੇਡਾ ਦੇ ਸਬੰਧਾਂ ਦਾ ਥੋੜਾ ਜਿਹਾ ਰੈਫਰੈਂਸ ਵੀ ਦਿੱਤਾ ਤੇ ਗੱਲਬਾਤ ਤਾਂ ਬੇਸਿਕਲੀ ਆਮ ਇੱਕ ਜਿਹੜਾ ਯਾਤਰੀ ਹੈ ਖਾਸ ਕਰਕੇ ਜਿਹੜਾ ਪੰਜਾਬ ਤੋਂ ਕੈਨੇਡਾ ਨੂੰ ਜਾਂਦਾ ਹੈ ਜਾਂ ਕੈਨੇਡਾ ਤੋਂ ਵਾਪਸ ਪੰਜਾਬ ਨੂੰ ਆਉਂਦਾ ਹੈ ਉਹਨਾਂ ਦੀ ਗੱਲ ਹੈ ਸਮੱਸਿਆਵਾਂ ਦਿਨ ਬਾਅਦ ਦਿਨ ਵੱਧਦੀਆਂ ਜਾ ਰਹੀਆਂ ਨੇ ਇਸ ਸਮੱਸਿਆਵਾਂ કોਣ ਹੱਲ ਕਰੇਗਾ ਪਾਰ ਸਰਕਾਰ ਕੈਨੇਡਾ ਸਰਕਾਰ ਜਾਂ ਫਿਰ ਪੰਜਾਬੀ ਮੂਲ ਦੇ ਉਹ ਲੋਕ ਜਿਨ੍ਹਾਂ ਨੇ ਕੈਨੇਡਾ ਨੂੰ ਆਪਣਾ ਦੂਜਾ ਘਰ ਬਣਾ ਲਿਆ ਯਾ ਕੈਨੇਡਾ ਨੂੰ ਆਪਣਾ ਪਹਿਲਾ ਘਰ ਬਣਾ ਲਿਆ। ਸੋ ਅੱਜ ਮੈਂ ਤੁਹਾਡੇ ਨਾਲ ਕੁਝ ਵਿਚਾਰ ਸਾਂਝੇ ਕਰਨ ਬਾਰੇ ਸੋਚਿਆ ਕਿਉਂਕਿ ਇਹ ਇੱਕ ਅਜਿਹੇ ਮੁੱਦਾ ਹੈ ਜਿਹੜਾ ਸਾਡੇ ਸਭ ਲੋਕਾਂ ਨੂੰ ਦਿਲੋਂ ਬਹੁਤ ਸਾਡੇ ਦਿਲਾਂ ਨੂੰ ਇਹ ਟੁੰਬਦਾ ਸਾਡੇ ਦਿਲਾਂ ਤੇ ਇਸ ਦਾ ਅਸਰ ਹੁੰਦਾ ਕਿਉਂਕਿ ਜੋ ਪੰਜਾਬੀਆਂ ਦੀ ਦੇਣ ਹੈ ਦੁਨੀਆ ਨੂੰ ਖਾਸ ਕਰਕੇ ਸਿੱਖਾਂ ਦੀ ਦੇਣ ਹੈ ਉਸ ਨੂੰ ਅਕਸਰ ਮਜ਼ਰ ਅੰਦਾਜ਼ ਕੀਤਾ ਜਾਂਦਾ ਹੈ ਅਰੇ ਜਦੋਂ ਵੀ ਕੋਈ ਸਿੱਖਾਂ ਦੀ ਡਿਮਾਂਡ ਦੀ ਗੱਲ ਆਉਂਦੀ ਹੈ ਪੰਜਾਬ ਦੇ ਡਿਮਾਂਡ ਦੀ ਗੱਲ ਆਉਂਦੀ ਹੈ ਤਾਂ ਸਭ ਦੀਆਂ ਅੱਖਾਂ ਫਿਰ ਜਾਂਦੀਆਂ ਨੇ ਉਹਨਾਂ ਦੀ ਕਹਿਣੀ ਬਦਲ ਜਾਂਦੀ ਹੈ ਉਹ ਤਾਂ ਪੰਜਾਬ ਨੂੰ ਜਾਂ ਸਿੱਖਾਂ ਨੂੰ ਦੇਖ ਹੀ ਨਹੀਂ ਜਰਦੇ ਸੋ ਹੁਣ ਮੈਂ ਗੱਲ ਕਰਨ ਲੱਗਿਆ ਦੇਖੋ ਕੱਪ ਤੋਂ ਜਾਰਾ ਬਸੋਂ ਜੇ ਕੈਨੇਡਾ ਵਿੱਚ ਹੈ ਤਾਂ ਉਹ ਪੰਜਾਬੀਆਂ ਦੀ ਹੈ ਔਰ ਪੰਜਾਬੀਆਂ ਵਿੱਚੋਂ ਸਿੱਖਾਂ ਦੀ ਹੈ ਔਰ ਜੇ ਭਾਰਤ ਤੋਂ ਬਾਅਦ ਕਿਸੇ ਕੌਮ ਨੇ ਕਿਸੇ ਦੇਸ਼ ਦੀ ਸਿਆਸਤ ਵਿੱਚ ਡੈਂਟ ਪਾਇਆ ਕੋਈ ਨਾਮ ਬਣਾਇਆ ਤਾਂ ਉਹ ਹੈ ਪੰਜਾਬੀ ਲੋਕ ਸਪੈਸ਼ਲੀ ਸਿੱਖ ਲੋਕ ਦੁਨੀਆ ਭਰ ਲਈ ਕੁਰਬਾਨੀਆਂ ਜੇ ਕਿਸੇ ਕੌਮ ਨੇ ਕੀਤੀਆਂ ਨੇ ਤਾਂ ਉਹ ਸਿੱਖ ਕੌਮ ਨੇ ਕੀਤੀਆਂ ਨੇ ਪਰੰਤੂ ਅੱਜ ਵੀ ਬਹੁਤ ਸਾਰੀਆਂ ਆਰਗਨਾਈਜੇਸ਼ਨਸ ਜਿਹਨਾਂ ਵਿੱਚੋਂ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਇੱਕ ਹੈ ਜਿਹੜੀ ਲਗਾਤਾਰ ਕੋਸ਼ਿਸ਼ ਕਰਦੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਗੁਰੂ ਨਗਰੀ ਅੰਮ੍ਰਿਤਸਰ ਨੂੰ ਨਾਰਥ ਅਮਰੀਕਾ ਨਾਲ ਬਾਏ 에ਅਰ ਜਾਂ ਜਿਹਦੇ ਨਾਲ 에ਅਰ ਕਨੈਕਟੀਵਿਟੀ ਬਣ ਜਾਵੇ ਕੋਸ਼ਿਸ਼ ਕਰਦੀ ਆ ਰਹੀ ਹੈ ਉਸ ਦੇ ਨਾਲ ਨਾਲ ਚੰਡੀਗੜ੍ਹ ਤੋਂ ਵੀ ਕੋਸ਼ਿਸ਼ ਹੁੰਦੀ ਆ ਰਹੀ ਹੈ ਕਿ ਚੰਡੀਗੜ੍ਹ ਨੂੰ ਵੀ ਬਿਕੋਜ਼ ਪੰਜਾਬ ਤੇ ਪੰਜਾਬ ਦੀ ਰਾਜਧਾਨੀ ਹੈ ਤਾਂ ਚੰਡੀਗੜ੍ਹ ਵਿਸ਼ੇਸ਼ ਇੱਕ ਕੇਂਦਰੀ ਸ शासित ਪ੍ਰਦੇਸ਼ ਇਹਨੂੰ ਡਿਕਲੇਅਰ ਕੀਤਾ ਗਿਆ 1966 ਵਿੱਚ ਰਾਜਧਾਨੀ ਤੇ ਪੰਜਾਬ ਦੀ ਹੀ ਸੀ ਚਲੋ ਜਦ ਤੱਕ ਇਹ ਲੈਂਗ ਜਿਹੜਾ 에ਅ ਲਿੰਗ 에ਰਨੇਕਟੀਵਿਟੀ ਨਹੀਂ ਬਣਦੀ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਆਉਂਦੀਆਂ ਨੇ ਹੁਣ ਜੇ ਕੈਨੇਡਾ ਦੇ ਸੰਬੰਧ ਭਾਰਤ ਨਾਲ ਕਿਸੇ ਕਾਰਨ ਕਰਕੇ ਵੀ ਚਾਹੇ ਹਰਦੀਪ ਨਿੱਜੇ ਦਾ ਕੇਸ ਲੋ ਚਾਹੇ ਤੁਸੀਂ ਸਿੱਖ ਫॉर ਜਸਟਿਸ ਦੇ ਜਿਹੜੇ ਡੈਮੋਨਸਟ੍ਰੇਸ਼ਨ ਹੁੰਦੇ ਨੇ ਤੇ ਜਾਂ ਰੈਫਰੈਂਡਮ ਹੁੰਦੇ ਨੇ ਉਹਨਾਂ ਦਾ ਇਹ ਗੱਲੋ ਪਰੰਤੂ ਸਫਰ ਕੌਣ ਕਰਦਾ ਹੈ ਇੱਕ ਆਮ ਪੰਜਾਬੀ ਇੱਕ ਆਮ ਸੁਧਾਰਨ ਸਿੱਖ ਜਿਹੜਾ ਇਸ ਨੇ ਕਿਉਂਕਿ ਜਦੋਂ ਭਾਰਤ ਵਿੱਚ ਉਹ ਉਸ ਤਰ੍ਹਾਂ ਦੀਆਂ ਅਪਰਚੂਨਿਟੀਆਂ ਨਹੀਂ ਮਿਲੀਆਂ ਜਿਹੜੀਆਂ ਉਹਨਾਂ ਨੂੰ ਮਿਲਣੀਆਂ ਚਾਹੀਦੀਆਂ ਸਨ ਜਿਵੇਂ ਰੋਜ਼ਗਾਰ ਦੀ ਗੱਲ ਹੈ ਜਾਂ ਉਹਨਾਂ ਦੀ ਜੇ ਉਹ ਮਿਹਨਤ ਕਰਦੇ ਨੇ ਖੇਤਾਂ 'ਚ ਮਿਹਨਤ ਕਰਦੇ ਨੇ ਦੀ ਉਹਨਾਂ ਦੀ ਮਿਹਨਤ ਦਾ ਜਿਹੜਾ ਉਹਨਾਂ ਨੂੰ ਬਣਦਾ ਮੁਆਵਜ਼ਾ ਫਾਈਨੈਂਸ਼ੀਅਲ ਸਪੋਰਟ ਜਾਂ ਰਹਿਮਨਰੇਸ਼ਨ ਮਿਲਣਾ ਚਾਹੀਦਾ ਉਹ ਨਹੀਂ ਮਿਲਦਾ ਦਾ ਜਾਂ ਫਿਰ ਹੋਰ ਜਿਹੜੇ ਸਮੱਸਿਆਵਾਂ ਆ ਰਹੀਆਂ ਨੇ ਉਹਨਾਂ ਦੇ ਕਿਉਂਕਿ ਪੰਜਾਬ ਵਿੱਚ ਕੋਈ ਵੱਡੀ ਇੰਡਸਟਰੀ ਨਹੀਂ ਲੱਗੀ ਪੰਜਾਬ ਦੀਆਂ ਜਿਹੜੇ ਡਿਮਾਂਡਸ ਨੇ ਬੜੇ ਲੰਬੇ ਸਮੇਂ ਤੋਂ ਅਨਰਸੋਲਡ ਨੇ ਕਿਉਂ ਨਹੀਂ ਉਹ ਸਮੱਸਿਆਵਾਂ ਹੱਲ ਹੁੰਦੀਆਂ ਕਿਉਂ ਜਿਹੜੇ ਪ੍ਰੋਜੈਕਟ ਪੰਜਾਬ ਦੇ ਬਣੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਬਣੀ ਪੰਜਾਬ ਜਦੋਂ ਆਜ਼ਾਦੀ ਤੋਂ ਬਾਅਦ ਪਾਖੜਾ ਡੈਮ ਬਣਿਆ ਬਿਆਸ ਡੈਮ ਬਣਿਆ ਪੰਜਾਬ ਯੂਨੀਵਰਸਿਟੀ ਬਣੀ ਪੰਜਾਬ ਅੰਜਲੀ ਕਾਲਜ ਬਣਿਆ ਪਜੀ ਬਣੀ ਪਰ ਕਬਜ਼ਾ ਕਿਦਾ ਕੰਟਰੋਲ ਕਿਦਾ ਕੇਂਦਰ ਸਰਕਾਰ ਦਾ ਪੰਜਾਬ ਦਾ ਕਿਹੜਾ ਪ੍ਰੋਜੈਕਟ ਹੈ ਜਿਹੜਾ ਕੇਂਦਰ ਸਰਕਾਰ ਕੋਲ ਨਹੀਂ ਤੇ ਹੁਣ ਜਦੋਂ ਕਿਸਾਨੀ ਦੇ ਮੁੱਦੇ ਦੀ ਗੱਲ ਹੁੰਦੀ ਹੈ ਤਾਂ ਵੀ ਕਿੰਦਰ ਸਰਕਾਰ ਚੁੱਪ ਹੋ ਜਾਂਦੀ ਹੈ ਜਦੋਂ 에ਅਰ ਕਨੈਕਟੀਵਿਟੀ ਦੀ ਗੱਲ ਹੁੰਦੀ ਹੈ ਤਾਂ ਚੁੱਪ ਹੋ ਜਾਂਦੀ ਹੈ ਤੇ ਜੇ ਹੁਣ ਪੰਜਾਬੀ ਬਹੁਤ ਸਾਰੇ ਪੰਜਾਬੀ ਕੈਨੇਡਾ ਵਿੱਚ ਰਹਿੰਦੇ ਨੇ ਤਾਂ ਸਭ ਤੋਂ ਪਹਿਲਾ ਫੈਸਲਾ ਹੁੰਦਾ ਹੈ ਕਿ ਵੀਜ਼ਾ ਹੀ ਬੰਦ ਕਰ ਦਿਓ ਕੈਨੇਡਾ ਦੇ ਵੀਜ਼ਾ ਹੀ ਬੰਦ ਕਰ ਦਿਓ ਕੈਨੇਡਾ ਤੋਂ ਜਿਹੜੇ ਲੋਕ ਆਉਣਾ ਚਾਹੁੰਦੇ ਨੇ ਵੀਜ਼ੇ ਬੰਦ ਕਰ ਦਿਓ ਇਹ ਸਭ ਕਿਉਂ ਹੋ ਰਿਹਾ ਸ਼ਾਇਦ ਮੈਨੂੰ ਲੱਗਦਾ ਹੈ ਕਿ ਇਸ ਇੱਕ ਮੁੱਖ ਕਾਰਨ ਇਹ ਹੈ ਕਿ ਪੰਜਾਬ ਕੋਲੇ ਜਾਂ ਸਿੱਖਾਂ ਕੋਲੇ ਕੋਈ ਵੀ ਇਸ ਤਰ੍ਹਾਂ ਦਾ ਅਜਿਹੇ ਆ ਲੀਡਰ ਨਹੀਂ ਜਿਹੜਾ ਸਟੇਟਸਮੈਨ ਹੋਵੇ ਜਿਹੜਾ ਇਹਨਾਂ ਦੇ ਹੱਕ ਵਿੱਚ ਔਰ ਜਸਟੀਫਾਈ ਕਰ ਸਕੇ ਕਿ ਪੰਜਾਬ ਦੀਆਂ ਜਿਹੜੇ ਡਿਮਾਂਡਸ ਨੇ ਲੌਂਗ ਐਂਡ ਆਊਟਸਟੈਂਡਿੰਗ ਡਿਮਾਂਡਸ ਨੇ ਉਹਨਾਂ ਦਾ ਹੱਲ ਹੋਣਾ ਚਾਹੀਦਾ ਹੈ ਹਰ ਚੀਜ਼ ਠੰਡੇ ਬਸਤੇ 'ਚ ਨਹੀਂ ਪਾਈ ਜਾ ਸਕਦੀ ਜਦੋਂ ਪੰਜਾਬ ਤੋਂ ਕੁਝ ਖੋਣਾ ਹੁੰਦਾ ਤਾਂ ਇੱਕ ਦਮ ਖੋ ਲਿਆ ਜਾਂਦਾ ਚਾਹੇ ਉਹ ਰਾਜਤਾਨੀ ਸੀ ਚਾਹੇ ਜਿਹੜੇ ਮੈਂ ਪ੍ਰੋਜੈਕਟ ਤੋਂ ਲਗਣਾਏ ਉਹ ਸਨ ਤੇ ਚਾਹੇ ਪੰਜਾਬ ਦੇ ਪਾਣੀ ਜਿਹੜੇ ਕਿ ਪੰਜਾਬ ਦੇ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਦਿਨਾਂ ਦਾ ਪੰਜਾਬੀਆਂ ਦੀ ਉਹਦੇ ਨਾਲ ਇਮੋਸ਼ਨਲ ਅਟੈਚਮੈਂਟ ਹੈ ਕਿ ਪੰਜਾਬ ਖੇਤੀ ਬਾੜੀ ਵਾਲਾ ਸੂਬਾ ਤੇ ਜੇ ਇੱਥੋਂ ਤੁਸੀਂ ਪਾਣੀ ਵੀ ਖੋ ਲਿਆ ਔਰ ਖੋਇਆ ਹੋਇਆ ਬੜੇ ਸਾਲਾਂ ਤੋਂ ਤੇ ਉਹ ਵੀ ਜੇ ਨਹੀਂ ਮਿਲਦਾ ਪੰਜਾਬ ਨੂੰ ਜੌਬਸ ਵੀ ਨਹੀਂ ਮਿਲਦੀਆਂ ਤੁਸੀਂ ਇੰਡਸਟਰੀ ਵੀ ਪੰਜਾਬ ਵਿੱਚ ਲਾਉਂਦੇ ਔਰ ਜਦੋਂ ਪੰਜਾਬੀ ਬਾਹਰ ਜਾਣਾ ਚਾਹੁੰਦੇ ਨੇ ਤੇ ਫਿਰ ਤੁਸੀਂ ਵੀਜੀਆਂ ਤੇ ਵੀ ਕੰਟਰੋਲ ਲਾ ਦਿੰਨੇ ਹੋ ਤੇ 에ਅਰ ਕਨੈਕਟੀਵਿਟੀ ਵੀ ਨਹੀਂ ਦਿੰਦੇ ਔਰ ਇਹ ਸਾਰੇ ਗੱਲਾਂ ਕਿਉਂ ਹੋ ਰਹੀਆਂ ਨੇ ਸੋ ਇਹ ਸਿੱਖ ਕੌਮ ਨੂੰ ਵੀ ਸੋਚਣਾ ਪਵੇਗਾ ਪੰਜਾਬੀਆਂ ਨੂੰ ਔਰ ਆਲ ਸੋਚਣਾ ਪਵੇਗਾ ਕਿ ਕਿਉਂ ਇਹ ਸਭ ਕੁਝ ਹੋ ਰਿਹਾ ਤੇ ਜੇ ਕੇਂਦਰ ਸਰਕਾਰ ਕੋਈ ਵੀ ਕੇਂਦਰ ਸਰਕਾਰ ਹੋਵੇ ਚਾਹੇ ਉਹ ਕਾਂਗਰਸ ਦੀ ਹੋਵੇ ਚਾਹੇ ਉਹ ਜਨਤਾ ਪਾਰਟੀ ਦੀ ਰਹੀ ਚਾਹੇ ਉਹ ਹੁਣ ਬੀਜੇਪੀ ਸਰਕਾਰ ਰਹੀ ਹੈ ਕੋਈ ਵੀ ਸਰਕਾਰ ਪੰਜਾਬ ਨਾਲ ਵਿਦ ਕਰਾ ਕਿਉਂ ਕਰੀ ਜਾ ਰਹੀ ਹੈ ਪੰਜਾਬ ਨਾਲ ਜਸਟਿਸ ਕਿਉਂ ਨਹੀਂ ਹੋ ਰਿਹਾ ਸੋ ਜੇ ਪੰਜਾਬੀ ਲੋਕ ਦੇਸ਼ ਭਗਤੀ ਵਿੱਚ ਸਭ ਤੋਂ ਇੱਕ ਨੇ ਕੁਰਬਾਨੀਆਂ ਦੇਣ ਵਿੱਚ ਸਭ ਤੋਂ ਅੱਗੇ ਨੇ ਹਰ ਮੈਦਾਨ ਵਿੱਚ ਸਭ ਤੋਂ ਅੱਗੇ ਨੇ ਤਾਂ ਕੀ ਉਹਨਾਂ ਦਾ ਕੋਈ ਹੱਕ ਨਹੀਂ ਬਣਦਾ ਕਿ ਆਪਣੇ ਆ ਜਿਹੜਿਆ ਉਹਨਾਂ ਦੀਆਂ ਡਿਮਾਂਡਸ ਨੇ ਉਹਨਾਂ ਦਾ ਵੀ ਹੱਲ ਕੇਂਦਰ ਤੋਂ ਮੰਗ ਸਕਣ ਤੁਸੀਂ ਦੇਖੋ ਹਰ ਰੋਜ਼ ਕੋਈ ਨਾ ਕੋਈ ਨਵਾਂ ਮੁੱਦਾ ਜ਼ਰੂਰ ਖ਼ਬਰਾਂ ਵਿੱਚ ਹਾਈਲਾਈਟ ਹੁੰਦਾ ਹੈ ਚਾਹੇ ਉਹ ਬੰਦ ਜਿਹੜੇ ਬੰਦੀ ਸਿੰਘ ਨੇ ਉਹਨਾਂ ਦੀ ਰਿਹਾਈ ਦਾ ਮਾਮਲਾ ਹੈ ਚਾਹੇ ਪਾਣੀਆਂ ਦਾ ਮਾਮਲਾ ਹੈ ਚਾਹੇ ਟੈਰੀਟੋਰੀਅਲ ਜਿਹੜੇ ਇਸ਼ੂਜ਼ ਨੇ ਉਹਨਾਂ ਦਾ ਮਾਮਲਾ ਹੈ ਚਾਹੇ ਖੇਤੀਬਾੜੀ ਬਾਰੇ ਐਮਐਸਪੀ ਦੇ ਮਾਮਲਾ ਹੈ ਚਾਹੇ ਹੁਣ ਕੈਨੇਡਾ ਦੇ ਵੀਜ਼ੇ ਦਾ ਮਾਮਲਾ ਹੈ ਚਾਹੇ 에ਅਰ ਕਨੈਕਟੀਵਿਟੀ ਦਾ ਮਾਮਲਾ ਹੈ ਚਾਹੇ ਫੌਜ ਵਿੱਚ ਭਰਤੀਆਂ ਦਾ ਮਾਮਲਾ ਹੈ ਚਾਹੇ ਨੌਕਰੀਆਂ ਦਾ ਮਾਮਲਾ ਹੈ ਤੇ ਚਾਹੇ ਪੰਜਾਬ ਇੱਕ ਬਾਰਡਰ ਸੂਬਾ ਹੋਣ ਦੇ ਨਾਤੇ ਜੋ ਇੱਥੇ ਸਮੱਸਿਆਵਾਂ ਨੇ ਨਸ਼ੇ ਦੀ ਸਮੱਸਿਆ ਹੈ ਅਨਪਲੋਏਮੈਂਟ ਦੀ ਸਮੱਸਿਆ ਹੈ ਇੰਨੇ ਲੋਕ ਇੰਨੇ ਨੌਜਵਾਨ ਪੰਜਾਬ ਤੋਂ ਬਾਹਰ ਜਾ ਰਹੇ ਨੇ ਔਰ ਪੰਜਾਬ ਵਿੱਚ ਪੰਜਾਬ ਦਾ ਕੈਰੇਕਟਰ ਜਿਹੜਾ ਹੈ ਉਹ ਬਿਲਕੁਲ ਜਿਵੇਂ ਚੰਡੀਗੜ੍ਹ ਦਾ ਕੈਰੇਕਟਰ origianally ਪੰਜਾਬੀ ਹੋਣ ਤੋਂ ਬਾਅਦ ਹੌਲੀ-ਹੌਲੀ ਹੋਰ ਸੂਬਿਆਂ ਦੇ ਲੋਕ ਇੱਥੇ ਵਸਾ ਕੇ ਇਸ ਦਾ ਕੈਰੇਕਟਰ ਇਹਦੀ ਡੈਮੋਗ੍ਰਾਫੀ ਚੇਂਜ ਹੋਈ ਹੈ ਇਸੇ ਤਰ੍ਹਾਂ ਹੀ ਪੰਜਾਬ ਦੀ ਡੈਮੋਗ੍ਰਾਫੀ ਚੇਂਜ ਹੋ ਰਹੀ ਹੈ ਲੇਕਿਨ ਅੱਜ ਵੀ ਪੰਜਾਬ ਦੇ ਸਿਆਸੀ ਲੀਡਰ ਸਿਰਫ ਆਪਣੀ ਚੌਧਰ ਲਈ ਆਪਣੇ ਕੁਰਸੀਆਂ ਲਈ ਆਪਣੇ ਪਾਵਰ ਲੈਣ ਲਈ ਲੜਦੇ ਨੇ ਪੰਜਾਬ ਦੇ ਹੱਕਾਂ ਲਈ ਨਹੀਂ ਲੜ ਰਹੇ ਸੋ ਮੈਂ ਬਹੁਤ ਵਾਰ ਇਹ ਗੱਲਾਂ ਕਹਿਣਾ ਪਰੰਤੂ ਕਿਉਂਕਿ ਆਮ ਜਨਤਾ ਹਲੇ ਇਹਨਾਂ ਮਸਲੇ ਵਿੱਚ ਇੰਨੀ ਸੀਰੀਅਸ ਨਹੀਂ ਹੋਈ ਕਿ ਹੁਣ ਪੰਜਾਬ ਤਾਂ ਬਿਲਕੁਲ ਜਿਵੇਂ ਕਹਿੰਦੇ ਆ ਕਿ ਲੁੱਟਿਆ ਪੁੱਟਿਆ ਗਿਆ ਤਾਂ ਵੀ ਅਸੀਂ ਕਦੋਂ ਜਾਗਾਂਗੇ ਮੈਨੂੰ ਨਹੀਂ ਸਮਝ ਲੱਗਦੀ ਪਰੰਤੂ ਅਨਲੈਸ ਲੋਕ ਇਕੱਠੇ ਹੋ ਕੇ ਆਪਣੇ ਹੱਕਾਂ ਲਈ ਹਾਦਨਾ ਮਾਰਨਗੇ ਤਾਂ ਹੀ ਪੰਜਾਬ ਨੂੰ ਜਸਟਿਸ ਮਿਲੇਗਾ ਸੋ ਮੈਂ ਸੋਚਿਆ ਕਿ ਤੁਹਾਡੇ ਨਾਲ ਇਹ ਵਿਚਾਰ ਜ਼ਰੂਰ ਸਾਂਝੇ ਕਰਾਂ ਕਿਉਂਕਿ ਮੈਂ ਬਹੁਤ ਲੰਬੇ ਸਮੇਂ ਤੋਂ ਪੰਜਾਬ ਨੂੰ ਕਵਰ ਕੀਤਾ ਹੈ ਪੰਜਾਬ ਦੀਆਂ ਸਮੱਸਿਆਵਾਂ ਬਾਰੇ ਲਿਖਿਆ ਲੋਕਾਂ ਨਾਲ ਗੱਲਬਾਤ ਕੀਤੀ ਹੈ ਪਰੰਤੂ ਕੋਈ ਅਜਿਹੇ ਹਾਲਾ ਨਹੀਂ ਮੜਿਆ ਗਿਆ ਪੰਜਾਬੀ ਸਿਆਸਤਦਾਨਾਂ ਵੱਲੋਂ ਕਿ ਪੰਜਾਬ ਨਾਲ ਜਸਟਿਸ ਹੋ ਸਕੇ ਸੋ ਹੁਣ ਇੱਕ ਟਾਈਮ ਆ ਗਿਆ ਹੈ ਕਿ ਵੀ ਸੋਚ 24 ਦਾ ਇਲੈਕਸ਼ਨ ਆ ਗਏ ਆ ਨੇ ਤੇ ਇਲੈਕਸ਼ਨਾਂ ਤੋਂ ਪਹਿਲਾਂ ਜੇ ਪੰਜਾਬੀ ਇਕੱਠੇ ਹੋ ਕੇ ਹਮਲਾ ਮਾਰਨਗੇ ਤਾਂ ਸ਼ਾਇਦ ਉਸ ਪ੍ਰਾਪਤ ਕਰਨਗੇ ਔਰ ਇਕੱਠੇ ਹੋ ਕੇ ਹੀ ਲੜਨ ਦਾ ਫੈਸਲਾ ਔਰ ਜੇ ਇਕੱਠੇ ਹੋ ਕੇ ਪੰਜਾਬ ਦੇ ਹੱਕਾਂ ਲਈ ਉਹ ਲੜਨਗੇ ਤਾਂ ਸ਼ਾਇਦ ਪੰਜਾਬ ਦੀ ਜਨਤਾ ਵੀ ਉਹਨਾਂ ਨੂੰ ਪੂਰਾ ਸਪੋਰਟ ਕਰੇਗੀ ਸੋ ਬਸ ਇਸ ਐਪੀਸੋਡ ਵਿੱਚ ਇੰਨਾ ਹੀ ਅਗਲੇ ਐਪੀਸੋਡ ਵਿੱਚ ਇੱਕ ਹੋਰ ਨਵਾਂ ਮੁੱਦਾ ਲੈ ਕੇ ਫਿਰ ਹਾਜ਼ਰ ਹੋਵਾਂਗਾ ਜਦ ਤੱਕ ਇਜਾਜ਼ਤ ਦਿਓ ਖੁਸ਼ ਰਹੋ ਸਲਾਮਤ ਰਹੋ